ਆਰਮੀ ਦੀ ਤੇਜ਼ ਰਫ਼ਤਾਰ ਜਿਪਸੀ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਦੋ ਘਰਾਂ ਦੇ ਚਿਰਾਗ ਇੱਕ ਝਟਕੇ 'ਚ ਹੀ ਬੁਝਾ ਦਿੱਤੇ। ਨੌਜਵਾਨਾਂ ਨੂੰ ਜਿਪਸੀ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਸਨ ਕਿ ਸੜਕ ਤੇ ਜਾ ਰਹੀ ਆਰਮੀ ਦੀ ਤੇਜ਼ ਰਫ਼ਤਾਰ ਜਿਪਸੀ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰੀ ਤੇ ਕਈ ਕਿਲੋਮੀਟਰ ਤੱਕ ਮੋਟਰਸਾਈਕਲ ਨੂੰ ਘੜੀਸੀ ਲੈ ਗਈ, ਜਿਸ ਕਾਰਨ ਸੜਕ ਤੇ ਅੱਗ ਦੀਆਂ ਚਿੰਗਿਆੜੀਆਂ ਵੀ ਨਿਕਲਦੀਆਂ ਨਜ਼ਰ ਆਈਆਂ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਸ ਭਿਆਨਕ ਹਾਦਸੇ ਦਾ ਮੰਜ਼ਰ ਕੈਦ ਹੋਇਆ। ਜਾਣਕਾਰੀ ਮੁਤਾਬਿਕ ਇਹ ਸੜਕ ਹਾਦਸਾ ਫਾਜ਼ਿਲਕਾ ਦੇ ਨਜ਼ਦੀਕ ਪਿੰਡ ਲਾਲਵਾਲੀ ਦੇ ਕੋਲ ਹੋਇਆ। ਦੋਵੇਂ ਮ੍ਰਿਤਕ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਸਨ ਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਵਿਅਕਤੀ ਨੂੰ ਹਸਪਤਾਲ ਲੈ ਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ। ਇਹ ਦੋਵੇਂ ਨੌਜਵਾਨ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ, ਕਿਉਂਕਿ ਦੋਵੇਂ ਨੌਜਵਾਨ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਗਏ ਨੇ, ਜਿਨ੍ਹਾਂ ਦੇ ਪਾਲਣ ਪੋਸ਼ਣ ਲਈ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਰ ਜੀ, ਇਹ ਰੋਡ ਤੇ ਜਾ ਰਹੇ ਸੀ ਕਿ ਪਤਾ ਨਹੀਂ ਖੜੇ ਆ, ਇਸ ਚੀਜ਼ ਦਾ ਮੈਨੂੰ ਨਹੀਂ ਪਤਾ। ਜਦੋਂ ਗੱਡੀ ਆਰਮੀ ਵਾਲੇ ਦੀ ਆ ਕੇ ਵੱਜੀ, ਉਸ ਤੋਂ ਬਾਅਦ ਹੋਸਪਿਟਲ ਲਿਆਂਦਾ ਗਿਆ ਇਹਨਾਂ ਨੂੰ। ਇੱਕ ਬੰਦਾ ਮੌਕੇ ਦੇ ਖਤਮ ਹੋ ਗਿਆ, ਜਿਹਦਾ ਨਾਮ ਬਿੱਟੂ ਕੰਬੋਜ ਹੈ, ਭਤੀਜ ਮੇਰੇ ਦੇ ਸਾਥ ਸੀ। ਉਹਨਾਂ ਨੂੰ ਲਿਆ ਕੇ ਇੱਥੇ ਹੋਸਪਿਟਲ ਦਾਖਲ ਕਰਾਇਆ, ਫਿਰ ਮੈਨੂੰ ਫੋਨ ਗਿਆ, ਮੈਂ ਆਇਆ ਮੁੰਡੇ ਨੂੰ ਫਰੀਦਕੋਟ ਤੱਕ ਲੈ ਕੇ ਪਹੁੰਚਿਆ ਨਹੀਂ ਮੁੰਡਾ, ਮੈਨੂੰ ਦੱਸੇ ਜਵਾਬ ਦੇ ਗਿਆ। ਉਸ ਤੋਂ ਬਾਅਦ ਲਿਆ ਕੇ ਇੱਥੇ ਡੈੱਡ ਬੋਡੀ ਦੇ ਦਿੱਤੀ ਵਾਪਸ। ਹੁਣ ਜੋ ਕਾਰਵਾਈ ਕਾਨੂੰਨ ਕਰੇਗਾ ਮਨਜ਼ੂਰ ਹੈ ਜੀ। ਇਹ ਲਾਧੂਗਾ ਤੱਕ ਜਾ ਰਹੇ ਸੀ ਮੇਰੇ ਖਿਆਲ, ਮੋਟਰਸਾਈਕਲ ਤੇ ਸੀ, ਸਾਈਡ ਤੇ ਖੜੇ ਸੀ ਲਾਲੋਵਾਲੀ ਨਹਿਰ ਦੇ ਕੋਲ। ਆਪਾਂ ਸਰਕਾਰ ਤੋਂ ਉਹ ਕੀ ਮੰਗ ਕਰਨਾ, ਜੋ ਇਨਸਾਫ ਹੈ ਗਰੀਬ ਬੱਚਿਆਂ ਨਾਲ ਸਹਾਇਤਾ ਕੀਤੀ ਜਾਵੇ, ਜਿਵੇਂ ਕਰਦੇ ਉਵੇਂ ਕਰਨ। ਇਹ ਤਕਰੀਬਨ ਮੁੰਡੇ ਦੀ ਉਮਰ 35 ਸਾਲ ਦੇ ਲਗਭਗ ਹੈਗੀ ਹੈ ਜੀ। ਵਿਆਹੇ ਹੋਏ ਸੀ? ਦੋਨੋਂ ਵਿਆਹੇ ਹੋਏ ਸੀ। ਬਿੱਟੂ ਕੋਲ ਦੋ ਬੱਚੇ ਹੈ ਜੀ, ਮੇਰੇ ਭਤੀਜ ਕੋਲ ਇੱਕ ਮੁੰਡਾ ਜੀ, ਘਰੋਂ ਬਿਲਕੁਲ ਗਰੀਬ ਨੇ ਜੀ। ਆਰਮੀ ਦੀ ਤੇਜ਼ ਰਫ਼ਤਾਰ ਜਿਪਸੀ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਦੋ ਘਰਾਂ ਦੇ ਚਿਰਾਗ ਇੱਕ ਝਟਕੇ 'ਚ ਹੀ ਬੁਝਾ ਦਿੱਤੇ। ਨੌਜਵਾਨਾਂ ਨੂੰ ਜਿਪਸੀ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਸਨ ਕਿ ਸੜਕ ਤੇ ਜਾ ਰਹੀ ਆਰਮੀ ਦੀ ਤੇਜ਼ ਰਫ਼ਤਾਰ ਜਿਪਸੀ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰੀ ਤੇ ਕਈ ਕਿਲੋਮੀਟਰ ਤੱਕ ਮੋਟਰਸਾਈਕਲ ਨੂੰ ਘੜੀਸੀ ਲੈ ਗਈ, ਜਿਸ ਕਾਰਨ ਸੜਕ ਤੇ ਅੱਗ ਦੀਆਂ ਚਿੰਗਿਆੜੀਆਂ ਵੀ ਨਿਕਲਦੀਆਂ ਨਜ਼ਰ ਆਈਆਂ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਸ ਭਿਆਨਕ ਹਾਦਸੇ ਦਾ ਮੰਜ਼ਰ ਕੈਦ ਹੋਇਆ। ਜਾਣਕਾਰੀ ਮੁਤਾਬਿਕ ਇਹ ਸੜਕ ਹਾਦਸਾ ਫਾਜ਼ਿਲਕਾ ਦੇ ਨਜ਼ਦੀਕ ਪਿੰਡ ਲਾਲਵਾਲੀ ਦੇ ਕੋਲ ਹੋਇਆ। ਦੋਵੇਂ ਮ੍ਰਿਤਕ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਸਨ ਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਵਿਅਕਤੀ ਨੂੰ ਹਸਪਤਾਲ ਲੈ ਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ। ਇਹ ਦੋਵੇਂ ਨੌਜਵਾਨ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ, ਕਿਉਂਕਿ ਦੋਵੇਂ ਨੌਜਵਾਨ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਗਏ ਨੇ, ਜਿਨ੍ਹਾਂ ਦੇ ਪਾਲਣ ਪੋਸ਼ਣ ਲਈ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਰ ਜੀ, ਇਹ ਰੋਡ ਤੇ ਜਾ ਰਹੇ ਸੀ ਕਿ ਪਤਾ ਨਹੀਂ ਖੜੇ ਆ, ਇਸ ਚੀਜ਼ ਦਾ ਮੈਨੂੰ ਨਹੀਂ ਪਤਾ। ਜਦੋਂ ਗੱਡੀ ਆਰਮੀ ਵਾਲੇ ਦੀ ਆ ਕੇ ਵੱਜੀ, ਉਸ ਤੋਂ ਬਾਅਦ ਹੋਸਪਿਟਲ ਲਿਆਂਦਾ ਗਿਆ ਇਹਨਾਂ ਨੂੰ। ਇੱਕ ਬੰਦਾ ਮੌਕੇ ਦੇ ਖਤਮ ਹੋ ਗਿਆ, ਜਿਹਦਾ ਨਾਮ ਬਿੱਟੂ ਕੰਬੋਜ ਹੈ, ਭਤੀਜ ਮੇਰੇ ਦੇ ਸਾਥ ਸੀ। ਉਹਨਾਂ ਨੂੰ ਲਿਆ ਕੇ ਇੱਥੇ ਹੋਸਪਿਟਲ ਦਾਖਲ ਕਰਾਇਆ, ਫਿਰ ਮੈਨੂੰ ਫੋਨ ਗਿਆ, ਮੈਂ ਆਇਆ ਮੁੰਡੇ ਨੂੰ ਫਰੀਦਕੋਟ ਤੱਕ ਲੈ ਕੇ ਪਹੁੰਚਿਆ ਨਹੀਂ ਮੁੰਡਾ, ਮੈਨੂੰ ਦੱਸੇ ਜਵਾਬ ਦੇ ਗਿਆ। ਉਸ ਤੋਂ ਬਾਅਦ ਲਿਆ ਕੇ ਇੱਥੇ ਡੈੱਡ ਬੋਡੀ ਦੇ ਦਿੱਤੀ ਵਾਪਸ।
ਹੁਣ ਜੋ ਕਾਰਵਾਈ ਕਾਨੂੰਨ ਕਰੇਗਾ ਮਨਜ਼ੂਰ ਹੈ ਜੀ। ਇਹ ਲਾਧੂਗਾ ਤੱਕ ਜਾ ਰਹੇ ਸੀ ਮੇਰੇ ਖਿਆਲ, ਮੋਟਰਸਾਈਕਲ ਤੇ ਸੀ, ਸਾਈਡ ਤੇ ਖੜੇ ਸੀ ਲਾਲੋ ਵਾਲੀ ਨਹਿਰ ਦੇ ਕੋਲ। ਆਪਾਂ ਸਰਕਾਰ ਤੋਂ ਉਹ ਕੀ ਮੰਗ ਕਰਨਾ, ਜੋ ਇਨਸਾਫ ਹੈ ਗਰੀਬ ਬੱਚਿਆਂ ਨਾਲ ਸਹਾਇਤਾ ਕੀਤੀ ਜਾਵੇ ਜਿਵੇਂ ਕਰਦੇ ਉਵੇਂ ਕਰਨ। ਇਹ ਤਕਰੀਬਨ ਮੁੰਡੇ ਦੀ ਉਮਰ 35 ਸਾਲ ਦੇ ਲਗਭਗ ਹੈਗੀ ਹੈ ਜੀ। ਵਿਆਹੇ ਹੋਏ ਸੀ ਦੋਨੋਂ? ਦੋਨੋਂ ਵਿਆਹੇ ਹੋਏ ਸੀ। ਬਿੱਟੂ ਕੋਲ 2 ਬੱਚੇ ਹੈ ਜੀ, ਮੇਰੇ ਭਤੀਜ ਕੋਲ 1 ਮੁੰਡਾ ਜੀ। ਗਰੀਬ ਬਿਲਕੁਲ ਗਰੀਬ ਨੇ ਜੀ।